ਅਸੀਂ ਤਾਂ ਕੰਟੀਨਿਊਸ ਪਰਦੇ ਤੇ ਆ ਤੁਹਾਡੇ ਪਿਆਰ ਸਦਕਾ ਪਰਦੇ ਤੇ ਆ ਔਰ ਯੈਸ ਫਿਲਮ ਦੇ ਵਿੱਚ ਟੀਮ ਹੋਣੀ ਬਹੁਤ ਜ਼ਰੂਰੀ ਹੈ ਔਰ ਜਿਹੜੀ ਫੁੱਫੜ ਜੀ ਦੀ ਟੀਮ ਆ ਉਹ ਬਹੁਤ ਪਿਆਰੀ ਹੈ ਲੇਖਣੀ ਅੱਖ ਸਾਡਾ ਬਤਰਾ ਸਾਹਿਬ ਔਰ ਬੀਨੂ ਢਿੱਲੋਂ ਹੋਣੀ ਗੁਰਨਾਮ ਭੁੱਲਰ ਜੈਸਮੀਨ ਕਮਲੀ ਝੱਲੀ ਸਾਡੀ ਸੋ ਬਹੁਤ ਸਾਰੀ ਟੀਮ ਸਾਡੀ ਚੰਗੀ ਹੈ ਘੈਂਟ ਐਕਟਰ ਸਾਡਾ ਬਾਈ ਜੈ ਬਾਈ ਦਾ ਤੁਸੀਂ ਨਾਮ ਨਹੀਂ ਲੈ ਰਹੇ ਮੇਰੇ ਭਾਈ ਦਾ ਉਹ ਸਾਡੀ ਲੜਾਈ ਹੋ ਸਕਦੀ ਹੈ ਅੱਜ ਕੱਲ੍ਹ ਇਹਦਾ ਇੰਨਾ ਵੱਡੇ ਸੀਰੀਆਂ ਮੁੜ ਮੁੜ ਆਪਣਿਆਂ ਨੂੰ ਤੇ ਇਹ ਧਾਰੀਵਾਲ ਹੁਣ ਨੂੰ ਇੰਟਰੋਡਿਊਸ ਕਰਨਾ ਬਣਦਾ ਜੀ ਬਣਦਾ ਓਕੇ ਜੀ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ABP ਸਾਂਝਾਂ ਦੇ ਜ਼ਰੀਏ ਕਿ ਜੈ ਸਿੰਘ ਧਾਲੀਵਾਲ ਇਹਦੇ ਵਿੱਚ ਡੈਬਿਊ ਕਰ ਰਿਹਾ ਉਹ ਮੇਰਾ ਬੇਟਾ ਹੈ ਤੇ ਸੋਹਣਾ ਰੋਲ ਕੀਤਾ ਉਹਨੇ ਇਹਨੇ ਰੋਲ ਦਿੱਤਾ ਔਰ ਪੰਕਜ ਭਾਜੀ ਨੇ ਕਿਹਾ ਵੀ ਇਹਨੂੰ ਫਿਲਮ ਦੇ ਵਿੱਚ ਲਾਓ ਜ਼ਰੂਰ ਸੋ ਥੈਂਕ ਯੂ ਵੈਰੀ ਮੱਚ ਉਹਦੇ ਲਈ ਤੁਹਾਨੂੰ ਬਹੁਤ ਸਾਰੀ ਮੁਬਾਰਕਾਂ ਫਿਲਮ ਫੁੱਫੜ ਜੀ ਵੈਸੇ ਰਿਸ਼ਤਿਆਂ ਦੀ ਗੱਲ ਕਰਦੀ ਆ ਜਵਾਈਆਂ ਦੀ ਗੱਲ ਕਰਦੀ ਆ ਜਿਜਿਆਂ ਦੀ ਗੱਲ ਕਰਦੀ ਆ ਅਗਰ ਤੁਹਾਡੀ ਗੱਲ ਕਰਾਂ ਤੁਸੀਂ ਵੀ ਜਵਾਈ ਰਹੇ ਕਈਆਂ ਦੇ ਸੋ ਤੁਸੀਂ ਕਿਵੇਂ ਦਾ ਰੋਬ ਰੱਖਦੇ ਹੁੰਦੇ ਸੀਗੇ ਜਿਹੇ ਜਿਹਾ ਫੁੱਫੜ ਸਾਡੇ ਤੇ ਰੱਖਦਾ ਦੇਖੋ ਸੁਭਾਵਿਕ ਹੈ ਉਹ ਪੰਜਾਬੀ ਸਾਡੀਆਂ ਵੈਲਿਊਜ਼ ਦਾ ਇੱਕ ਹਿੱਸਾ ਹੈ ਸਾਡੇ ਰਿਸ਼ਤਿਆਂ ਦੀ ਇੱਕ ਕਹਾਣੀ ਹੈ ਇੱਕ ਬਾਤ ਹੈ ਜੋ ਮੈਂ ਮਾਪੇ ਕਿਤੇ ਨਾ ਕਿਤੇ ਕਸੂਰਵਾਰ ਹੈਗੇ ਆ ਅਸੀਂ ਲੋਕ ਕਸੂਰਵਾਰ ਆ ਜਿਹੜੇ ਆਪਦੇ ਬੱਚਿਆਂ ਨੂੰ ਉਹਨਾਂ ਰਿਸ਼ਤਿਆਂ ਦੀਆਂ ਕਹਾਣੀਆਂ ਨਹੀਂ ਸੁਣਾਉਂਦੇ ਜਾਂ ਬਾਤਾਂ ਨਹੀਂ ਪਾਉਂਦੇ ਤੇ ਜੇ ਉਹ ਰਿਸ਼ਤੇ ਖੁੱਸ ਗਏ ਉਹ ਕਹਾਣੀਆਂ ਬਾਤਾਂ ਖੁੱਸ ਗਈਆਂ ਸਾਡੀ ਬੋਲੀ ਖੁੱਸ ਗਈ ਫਿਰ ਸਾਡੇ ਪੱਲੇ ਕੀ ਆ ਸੋ ਮਾਪੇ ਥੋੜਾ ਬਹੁਤ ਧਿਆਨ ਦੇਣ ਆਪਦੇ ਬੱਚਿਆਂ ਵੱਲ ਨਹੀਂ ਉਹ ਸੋ ਕਾਲਡ ਅੰਗਰੇਜ਼ੀ ਸਕੂਲ ਦੇ ਵਿੱਚ ਪੜਾਉਣਾ ਜ਼ਰੂਰੀ ਨਹੀਂ ਬੱਚਿਆਂ ਨੂੰ ਪੜਾਉਣਾ ਜ਼ਰੂਰੀ ਹੈ ਕਿ ਜਿੰਨਾ ਤੁਹਾਡਾ ਗੁੱਸੇਲਾ ਅੰਦਾਜ਼ ਪਸੰਦ ਕੀਤਾ ਜਾਂਦਾ ਉਹਨਾਂ ਹੀ ਕੌਮਿਕ ਪਸੰਦ ਕੀਤਾ ਜਾਂਦਾ ਤਾਂ ਇਸ ਫਿਲਮ ਦੇ ਵਿੱਚ ਕੌਮਿਕ ਵੀ ਦੇਖਣ ਲੱਗ ਪਿਆ ਉਹਦਾ ਕਿੰਨੀ ਐਕਸਾਈਟਮੈਂਟ ਹੈ ਜੀ ਇਹਨੂੰ ਕਹੋ ਅਗਲਾ ਕੌਮਿਕ ਰੋਲ ਲਿਖੋ ਨਹੀਂ ਵੈਸੇ ਇਹ ਵੀ ਇਹਦੇ ਵਿੱਚ ਕੌਮਿਕ ਤੁਹਾਡੇ ਬਹੁਤ ਪਸੰਦ ਕਰਦੇ ਕੌਮਿਕ ਇਹ ਤਾਂ ਕੌਮਿਕ ਹੈ ਨਾ ਜਿਹੜੀ ਅਗਲੀ ਫਿਲਮ ਅਸੀਂ ਕਰ ਰਹੇ ਹਾਂ ਨਾ ਇਕੱਠੇ ਫੁੱਲ ਕਾਮੇਡੀ ਡਰਾਮਾ ਹੈਗਾ ਤੁਸੀਂ ਦੇਖਿਓ ਬਿਨਾ ਬੈਂਡ ਚਾਲ ਇੰਗਲੈਂਡ ਵੀ ਕਰ ਰਹੇ ਨੇ ਸਾਡੇ ਨਾਲ ਮਤਲਬ ਤਕਰੀਬਨ ਸਾਰੀਆਂ ਫਿਲਮਾਂ 'ਚ ਹੁਣ ਨਾਲ ਨੇ ਤੇ ਮੈਂ ਹੁਣ ਇਹਨਾਂ ਦਾ ਰੋਲ ਹੀ ਅਲੱਗ-ਅਲੱਗ ਕਰ ਰਿਹਾ ਵੀ ਬਾਈ ਨੂੰ ਵੀ ਲੱਗੇਗੀ ਥੋੜਾ ਤੰਗ ਕਰੀਏ ਅਸੀਂ ਵੀ ਯਾਰ ਵੀ ਇਦਾਂ ਕਰੋ ਹੁਣ ਨਵਾਂ ਰੋਲ ਹੈ ਜਦੋਂ ਤੁਸੀਂ ਆਪਣੇ ਸਾਰੇ ਸਤਾਰੇ ਸਾਥੀਆਂ ਦੀ ਫਿਲਮਾਂ ਦੇਖਣ ਆਉਂਦੇ ਹੋ ਪ੍ਰੀਮੀਅਰ ਦੇ ਉੱਪਰ ਆਉਂਦੇ ਕਿਵੇਂ ਦੀ ਖੁਸ਼ੀ ਲੱਗਦੀ ਬਹੁਤ ਵਧੀਆ ਲੱਗਦਾ ਬਹੁਤ ਹੀ ਅੱਛਾ ਲੱਗਦਾ ਸ਼ੁਰੂ ਤੋਂ ਹੀ ਕਿਉਂਕਿ ਜੋ ਵੀਰ ਹੋਰੀ ਲਿਖਦੇ ਆ ਬਾਈ ਜੀ ਹੋਰਾਂ ਨੇ ਸ਼ੁਰੂ ਤੋਂ ਲੈ ਕੇ ਪਰਫਾਰਮ ਕੀਤਾ ਤੇ ਐਡੇ ਨੈਚੁਰਲ ਜਿਹੜੇ ਐਕਟਰ ਨੇ ਹਨਾ ਬਾਈ ਹੋਰੀ ਸਾਨੂੰ ਮਾਣ ਹੈ ਨਾ ਤੇ ਸਾਨੂੰ ਬੜੀ ਖੁਸ਼ੀ ਹੈ ਬਹੁਤ ਜ਼ਿਆਦਾ ਦਿਲੋਂ ਖੁਸ਼ੀ ਹੁੰਦੀ ਔਰ ਪੰਜਾਬੀ ਕਲਚਰ ਨੂੰ ਵੇਖ ਕੇ ਜਿਹੜੀਆਂ ਚੀਜ਼ਾਂ ਹੁਣ ਬਣ ਰਹੀਆਂ ਪੰਜਾਬੀ 뮤직 ਇੰਡਸਟਰੀ ਜਿਵੇਂ ਹੁਣ ਗਰੋ ਕਰ ਰਹੀ ਹੈ ਉੱਪਰ ਨੂੰ ਜਾ ਰਹੀ ਹੈ ਤੇ ਆਪਾਂ ਤਾਂ ਤੁਸੀਂ ਜਾਣਦੇ ਕਲਚਰਲ ਬੰਦੇ ਦਾ ਆਪਾਂ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਬਾਈ ਜੀ ਜਦੋਂ ਗੀਤਕਾਰ ਇੱਕ ਫਿਲਮ ਦੇ ਪ੍ਰੀਮੀਅਰ ਦੇ ਉੱਪਰ ਪਹੁੰਚਿਆ ਹੁੰਦਾ ਹੈ ਤੁਹਾਨੂੰ ਪੁੱਛਣਾ ਸੁਭਾਵਿਕ ਹੁੰਦਾ ਕਿ ਤੁਹਾਡਾ ਕੋਈ ਗਾਣਾ ਇਸ ਫਿਲਮ ਦੇ ਵਿੱਚ ਹੈਗਾ ਨਹੀਂ ਜੀ ਮੈਂ ਐਕਚੁਅਲੀ ਇੱਕ ਫਿਲਮ 'ਚ ਬਾਈ ਨੂੰ ਨਹੀਂ ਮਿਲਿਆ ਸੀ ਉਦੋਂ ਬਾਕੀ ਹੋਰ ਬਹੁਤ ਸਾਰੀਆਂ ਫਿਲਮਾਂ 'ਚ ਮੇਰੇ ਗਾਣੇ ਵੀ ਆਏ ਆ ਤੇ ਬਾਕੀ ਜੇ ਫਿਲਮ ਦੀ ਗੱਲ ਕਰੀਏ ਫੁੱਫੜਾ ਕਹੇ ਤਾਂ ਵੈਸੇ ਮੂੰਹ ਭਰ ਜਾਂਦਾ ਤੇ ਮੈਨੂੰ ਲੱਗਦਾ ਵੀ ਥੀਏਟਰ ਭਰਨਗੇ ਭਰਨਗੇ ਜਿੱਥੇ ਤੁਸੀਂ ਦੋ ਰਹੇ ਨਹੀਂ ਵੀ ਫੁੱਫੜ ਜਦੋਂ ਥੋੜ੍ਹਾ ਜਿਹਾ ਪੁਰਾਣਾ ਜਿਹਾ ਹੋ ਜਾਵੇ ਫਿਰ ਕੋਈ ਨਹੀਂ ਉਹਦੇ ਕੋਲ ਹੁੰਦਾ ਇੱਕ ਭੂਆ ਹੁੰਦੀ ਹੈ ਵੀ ਜਿਹਨੂੰ ਬਿੰਦ ਬਾਹਰ ਹੋ ਜਾ ਮਰੀ ਜਾਂਦਾ ਮੇਰੇ ਕੋਈ ਪੁੱਛ ਕਿਸ ਨਹੀਂ ਕਰਦਾ ਉਹਦੇ ਕੋਈ ਤੇ ਬਾਈ ਜੀ ਅਕਸਰ ਹੁੰਦਾ ਜਦੋਂ ਫੁੱਫੜ ਨਵਾਂ ਹੁੰਦਾ ਤਾਂ ਬੜੀ ਉਹਦੀ ਖਾਤਰਦਾਰੀ ਕੀਤੀ ਜਾਂਦੀ ਜਿਵੇਂ ਉੱਪਰ ਪੁਰਾਣਾ ਹੋ ਜਾਂਦਾ ਉਹ ਖਾਤਰਦਾਰੀ ਘਟ ਜਾਂਦੀ ਹੈ ਮੇਰਾ ਖਿਆਲ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਮਾੜੀ ਜੀ ਇਸ ਗੱਲ ਦੀ ਭਿਣਕ ਪਊਗੀ ਜ਼ਰੂਰ ਇਸ ਫਿਲਮ 'ਚ ਕਿ ਪੁਰਾਣਾ ਫੁੱਫੜ ਹੈ ਅਤੇ ਨਵਾਂ ਜੀਜਾ ਹੈ ਨਵਾਂ ਜੀਜਾ ਕੀ ਕਰਦਾ ਅਤੇ ਫੁੱਫੜ ਕੀ ਕਰਦਾ